ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਨਵੇਂ ਸਾਲ 2020 ਦੀਆਂ ਮੁਬਾਰਕਾਂ। ਧੰਨ ਧੰਨ ਸ਼੍ਰੀ ਗੁਰੂ ਰਾਮ ਰਾਏ ਜੀ ਮਹਾਰਾਜ ਜੀ ਦੀ ਕਿਰਪਾ ਨਾਲ ਅੱਜ ਅਸੀਂ ਆਪਣਾ ਯੂਟਿਊਬ ਚੈਨਲ ਸ਼ੁਰੂ ਕਰ ਰਹੇ ਹਾਂ। ਅਸੀਂ ਸਭ ਤੋਂ ਪਹਿਲਾਂ ਵੀਡੀਓ ਕੜਾਹ ਪ੍ਰਸ਼ਾਦ ਨਾਲ ਸ਼ੁਰੂ ਕਰ ਰਹੇ ਹਾਂ। ਪ੍ਰਸ਼ਾਦ ਬਣਾਉਣ ਲਈ ਸਾਨੂੰ ਕੀ ਚਾਹੀਦਾ ਹੈ ਆਪ ਦੇਖ ਰਹੇ ਹਾਂ। ਕੜਾਹ ਪ੍ਰਸ਼ਾਦ ਬਣਾਉਣ ਲਈ ਸਭ ਤੋਂ ਪਹਿਲਾਂ ਸੂਜੀ ਲਈ ਹੈ, ਇੱਕ ਕਟੋਰੀ ਸੂਜੀ ਲਈ ਹੈ। ਜਿੰਨੀ ਮਾਤਰਾ ਦੇ ਵਿੱਚ ਸੂਜੀ ਲੈਣੀ ਹੈ ਉਨੀ ਮਾਤਰਾ ਦੇ ਵਿੱਚ ਅਸੀਂ ਖੰਡ ਲੈਣੀ। ਉਸ ਤੋਂ ਬਾਅਦ ਡਰਾਈ ਫਰੂਟਸ ਲਏ ਆ, ਡਰਾਈ ਫਰੂਟਸ ਦੇ ਵਿੱਚ ਠੂਠੀ ਲਈ ਹੈ ਜਿਹਨੂੰ ਇਸ ਤਰ੍ਹਾਂ ਪਤਲਾ ਪਤਲਾ ਕੱਟ ਲਿਆ ਹੈ, ਬਰੀਕ ਬਰੀਕ ਕੱਟ ਲਿਆ ਹੈ। ਕਾਜੂ ਲਏ ਆ, ਇਹਨਾਂ ਨੂੰ ਦੋ ਹਿੱਸਿਆਂ ਦੇ ਵਿੱਚ ਕੱਟ ਲਿਆ ਹੈ। ਇਸੇ ਤਰ੍ਹਾਂ ਬਦਾਮ ਲਏ ਆ, ਇਹਨਾਂ ਨੂੰ ਵੀ ਦੋ ਹਿੱਸਿਆਂ ਦੇ ਵਿੱਚ ਕੱਟ ਲਿਆ ਇਸ ਤਰ੍ਹਾਂ, ਅਤੇ ਦਾਖਾਂ ਲਈਆਂ ਆ ਸੌਗੀ। ਉਸ ਤੋਂ ਬਾਅਦ ਅਸੀਂ ਇੱਕ ਕਟੋਰੀ ਘਿਓ ਲਿਆ ਹੈ। ਪਾਣੀ ਪਾਣੀ ਤੁਸੀਂ ਲੈਣਾ ਹੈ, ਜੇ ਇੱਕ ਕਟੋਰੀ ਸੂਜੀ ਲਈ ਆ ਤਾਂ ਚਾਰ ਕਟੋਰੀ ਪਾਣੀ ਲੈਣਾ ਹੈ। ਕੜਾਹੀ ਜਿਹੜੀ ਅਸੀਂ ਰੱਖ ਦਿੱਤੀ ਹੈ, ਘਿਓ ਜਿਹੜਾ ਰੱਖ ਦਿੱਤਾ ਗਰਮ ਹੋਣ ਲਈ, ਜਦੋਂ ਇਹ ਹਲਕਾ ਜਿਹਾ ਗਰਮ ਹੋ ਜਾਵੇ ਤਾਂ ਇਹਦੇ ਵਿੱਚ ਅਸੀਂ ਸੂਜੀ ਪਾ ਦੇਵਾਂਗੇ। ਸੂਜੀ ਪਾਉਣ ਤੋਂ ਬਾਅਦ ਇਹਨੂੰ ਲਗਾਤਾਰ ਹਿਲਾਉਂਦੇ ਰਹਾਂਗੇ, ਅਤੇ ਜਦੋਂ ਤੱਕ ਇਹ ਚੰਗੀ ਤਰ੍ਹਾਂ ਬਰਾਊਨ ਨਹੀਂ ਹੋ ਜਾਂਦੀ ਉਦੋਂ ਤੱਕ ਇਹਨੂੰ ਹਿਲਾਉਂਦੇ ਰਹਾਂਗੇ। ਸੂਜੀ ਨੂੰ ਘੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ, ਅਤੇ ਇਹਨੂੰ ਉਦੋਂ ਤੱਕ ਅਸੀਂ ਭੁੰਨਾਂਗੇ ਜਦੋਂ ਤੱਕ ਇਹਦਾ ਰੰਗ ਜਿਹੜਾ ਬਰਾਊਨ ਨਹੀਂ ਹੋ ਜਾਂਦਾ ਅਤੇ ਇਹਦੇ ਵਿੱਚੋਂ ਸੂਜੀ ਦੀ ਖੁਸ਼ਬੂ ਨਹੀਂ ਆਉਣ ਲੱਗ ਜਾਂਦੀ। ਸੂਜੀ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਅਤੇ ਇਹਨੂੰ ਉਦੋਂ ਤੱਕ ਇਹਨੂੰ ਭੁੰਨਾਂਗੇ ਜਦੋਂ ਤੱਕ ਇਹਦਾ ਕਲਰ ਜਿਹੜਾ ਬਰਾਊਨ ਨਹੀਂ ਹੋ ਜਾਂਦਾ, ਬਰਾਊਨ ਹੋ ਜਾਂਦਾ ਹੈ, ਅਤੇ ਉਸ ਤੋਂ ਬਾਅਦ ਸੂਜੀ ਦੀ ਜਿਹੜੀ ਇੱਕ ਚੰਗੀ ਜਿਹੀ ਖੁਸ਼ਬੂ ਆਉਣ ਲੱਗ ਜਾਂਦੀ। ਇਹਨੂੰ ਲਗਾਤਾਰ ਹਿਲਾਉਂਦੇ ਰਹਿਣਾ, ਸੂਜੀ ਜਿਹੜੀ ਹੈ ਬਹੁਤ ਜਲਦੀ ਥੱਲੇ ਲੱਗਣ ਲੱਗ ਪੈਂਦੀ। ਮੈਂ ਨੋਨ ਸਟਿਕ ਕੜਾਹੀ ਲਈ ਹੈ, ਇਸ ਲਈ ਇਹਦੇ ਵਿੱਚ ਘੱਟ ਲੱਗੂਗੀ। ਜੇ ਤੁਸੀਂ ਕਿਸੇ ਹੋਰ ਬਰਤਨ ਵਿੱਚ ਬਣਾ ਰਹੇ ਹੋ ਤਾਂ ਉਹਨੂੰ ਲਗਾਤਾਰ ਹਿਲਾਉਂਦੇ ਰਹਿਣਾ ਤਾਂ ਕਿ ਸੂਜੀ ਜਿਹੜੀ ਸਾਡੀ ਥੱਲੇ ਨਾ ਲੱਗ ਜਾਵੇ। ਗੈਸ ਦੀ ਫਲੇਮ ਜਿਹੜੀ ਮੀਡੀਅਮ ਰੱਖਣੀ ਹੈ, ਸੂਜੀ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਅਤੇ ਜਦੋਂ ਤੱਕ ਜਿਹੜੀ ਸਾਡੀ ਸੂਜੀ ਹੈ ਉਹ ਆਪਣਾ ਘੇ ਨਹੀਂ ਛੱਡ ਦਿੰਦੀ ਉਦੋਂ ਤੱਕ ਪਕਾਉਣਾ ਹੈ। ਹਜੇ ਹੋ ਜਾਂਦਾ ਨੇ ਆਖੋ, ਆਪਣਾ ਘਿਓ ਛੱਡਣਾ ਸ਼ੁਰੂ ਕਰ ਦਿੱਤਾ ਸੂਜੀ ਨੇ ਥੋੜ੍ਹਾ ਥੋੜ੍ਹਾ, ਹਜੇ ਨਾ ਭੁੱਲਿਆ। ਤੁਸੀਂ ਦੇਖ ਸਕਦੇ ਹੋ ਸੂਜੀ ਦਾ ਰੰਗ ਜਿਹੜਾ ਪਹਿਲਾਂ ਨਾਲੋਂ ਹਲਕਾ ਬਰਾਊਨ ਦਿਖਣ ਲੱਗ ਪਿਆ ਹੈ। ਤੁਸੀਂ ਦੇਖ ਸਕਦੇ ਹੋ ਸੂਜੀ ਦਾ ਰੰਗ ਜਿਹੜਾ ਪਹਿਲਾਂ ਨਾਲੋਂ ਹਲਕਾ ਬਰਾਊਨ ਹੋ ਗਿਆ, ਅਤੇ ਇਹਨੂੰ ਹਜੇ ਇਸੇ ਤਰ੍ਹਾਂ ਥੋੜ੍ਹਾ 5 ਤੋਂ 7 ਮਿੰਟ ਇਹਨੂੰ ਹੋਰ ਪਕਾਵਾਂਗੇ। ਸੂਜੀ ਦਾ ਰੰਗ ਜਿਹੜਾ ਹੈ ਬਰਾਊਨ ਹੋਣਾ ਸ਼ੁਰੂ ਹੋ ਗਿਆ ਹੈ। ਜਦੋਂ ਸੂਜੀ ਇਸ ਤਰ੍ਹਾਂ ਦੇ ਦਿਖਣ ਲੱਗ ਪਵੇ ਤਾਂ ਗੈਸ ਦੀ ਫਲੇਮ ਜਿਹੜੀ ਹੈ ਅਸੀਂ ਘੱਟ ਕਰ ਦਿੰਦੇ, ਗੈਸ ਨੂੰ ਮੀਡੀਅਮ ਕਰ ਦਿੰਦੇ, ਅਤੇ ਇਹਨੂੰ ਲਗਾਤਾਰ ਹਿਲਾਉਂਦੇ ਰਹਿਣਾ। ਸੂਜੀ ਦਾ ਰੰਗ ਜਿਹੜਾ ਬਰਾਊਨ ਹੋ ਗਿਆ ਹੈ, ਇਹਨੂੰ 1 ਤੋਂ 2 ਮਿੰਟ ਅਸੀਂ ਇਸੇ ਤਰ੍ਹਾਂ ਹੋਰ ਪਕਾਵਾਂਗੇ।
ਦੇਖ ਸਕਦੇ ਹਾਂ ਸੂਜੀ ਜਿਹੜੀ ਸਾਡੀ ਬਿਲਕੁਲ ਬਰਾਊਨ ਹੋ ਗਈ ਹੈ। ਹੁਣ ਇਸੇ ਟਾਈਮ ਤੇ ਅਸੀਂ ਇਹਦੇ ਚ ਪਾਣੀ ਪਾ ਲਵਾਂਗੇ। ਤੁਸੀਂ ਦੇਖ ਸਕਦੇ ਹੋ ਸੂਜੀ ਜਿਹੜੀ ਸਾਡੀ ਬਿਲਕੁਲ ਬਰਾਊਨ ਹੋ ਗਈ ਹੈ। ਇਸੇ ਟਾਈਮ ਤੇ ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਦਾਂਗੇ। ਪਾਣੀ ਜਿਹੜਾ ਸਾਵਧਾਨੀ ਨਾਲ ਪਾਉਣਾ ਹੈ, ਕਿਉਂਕਿ ਪਾਣੀ ਦੇ ਛਿੱਟੇ ਜਿਹੜੇ ਬਾਹਰ ਆਉਣੇ ਸ਼ੁਰੂ ਹੋ ਜਾਂਦੇ ਆ, ਤੇ ਥੋੜਾ ਥੋੜਾ ਕਰਕੇ ਪਾਣੀ ਪਾਉਣਾ, ਨਾਲ ਨਾਲ ਇਹਨੂੰ ਹਿਲਾਉਂਦੇ ਰਹਿਣਾ। ਤੇ ਇਹਨੂੰ ਹਿਲਾਉਂਦੇ ਰਹਿਣਾ ਤਾਂ ਕਿ ਇਹਦੇ ਵਿੱਚ ਜਿਹੜੀਆਂ ਆ ਜਦੋਂ ਸਾਡਾ ਪਾਣੀ ਜਿਹੜਾ ਥੋੜਾ ਜਿਹਾ ਗਰਮ ਹੋ ਜਾਵੇ, ਫਿਰ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਡਰਾਈ ਫਰੂਟ ਪਾਵਾਂਗੇ। ਪਾਣੀ ਜਿਹੜਾ ਸਾਡਾ ਗਰਮ ਹੋ ਗਿਆ, ਇਸੇ ਟਾਈਮ ਤੇ ਅਸੀਂ ਇਹਦੇ ਵਿੱਚ ਆਪਣੇ ਡਰਾਈ ਫਰੂਟਸ ਪਾ ਦਾਂਗੇ। ਸਭ ਤੋਂ ਪਹਿਲਾਂ ਇਹਦੇ ਵਿੱਚ ਅਸੀਂ ਪਾਵਾਂਗੇ ਬਦਾਮ, ਕਾਜੂ ਵੀ ਨਾਲ ਹੀ ਪਾ ਦਾਂਗੇ, ਮਿੱਠੀ ਵੀ ਨਾਲ ਹੀ ਪਾ ਦਾਂਗੇ। ਸੋਗੀ ਅਸੀਂ 2 ਮਿੰਟ ਠਹਿਰ ਕੇ ਪਾਵਾਂਗੇ। ਜਦੋਂ ਜਿਹੜਾ ਸਾਡਾ ਕੜਾਹ ਪ੍ਰਸ਼ਾਦ ਹੈ ਥੋੜਾ ਗਾੜਾ ਹੋਣਾ ਸ਼ੁਰੂ ਹੋ ਜਾਊਗਾ, ਸੂਜੀ ਉਸ ਟਾਈਮ ਸੋਗੀ ਉਸ ਟਾਈਮ ਤੇ ਪਾਵਾਂਗੇ। ਇਸੇ ਤਰੀਕੇ ਨਾਲ ਇਹਨੂੰ ਹਿਲਾਉਂਦੇ ਰਹਾਂਗੇ। ਤੁਸੀਂ ਦੇਖ ਸਕਦੇ ਹੋ ਸੂਜੀ ਜਿਹੜੀ ਪਹਿਲਾਂ ਨਾਲੋਂ ਗਾੜੀ ਹੋਣੀ ਸ਼ੁਰੂ ਹੋ ਗਈ ਹੈ। ਇਸੇ ਟਾਈਮ ਤੇ ਅਸੀਂ ਇਹਦੇ ਵਿੱਚ ਸੋਗੀ ਵੀ ਪਾ ਦਾਂਗੇ। ਜਦੋਂ ਸਾਡੀ ਸੂਜੀ ਜਿਹੜੀ ਆਪਣਾ ਪਾਣੀ ਬਿਲਕੁਲ ਸੋਖ ਲਊਗੀ ਤੇ ਬਿਲਕੁਲ ਗਾੜੀ ਹੋ ਜਾਊਗੀ, ਉਸ ਟਾਈਮ ਤੇ ਅਸੀਂ ਇਹਦੇ ਵਿੱਚ ਚੀਨੀ ਪਾ ਲਵਾਂਗੇ। ਤੁਸੀਂ ਦੇਖ ਸਕਦੇ ਹੋ ਸੂਜੀ ਜਿਹੜੀ ਸਾਡੀ ਬਿਲਕੁਲ ਗਾੜੀ ਹੋ ਗਈ ਹੈ। ਇਸੇ ਟਾਈਮ ਤੇ ਅਸੀਂ ਇਹਦੇ ਵਿੱਚ ਚੀਨੀ ਪਾ ਦਾਂਗੇ। ਚੀਨੀ ਪਾਉਣ ਤੋਂ ਬਾਅਦ ਵੀ ਅਸੀਂ ਇਹਨੂੰ 3 ਤੋਂ 4 ਮਿੰਟ ਪਕਾਵਾਂਗੇ ਤਾਂ ਕਿ ਸੂਜੀ ਜਿਹੜੀ ਸਾਡੀ ਬਿਲਕੁਲ ਪੱਕ ਜਾਵੇ। ਚੀਨੀ ਪਾਉਣ ਤੋਂ ਬਾਅਦ ਵੀ ਇਹਦੇ ਵਿੱਚ ਜਦੋਂ ਇਸੇ ਤਰੀਕੇ ਨਾਲ ਇਹਨੂੰ 2 ਤੋਂ 3 ਮਿੰਟ ਹੋਰ ਲਾਉਂਦੇ ਰਹਾਂਗੇ, ਜਦੋਂ ਤੱਕ ਸਾਡੀ ਸੂਜੀ ਜਿਹੜੀ ਬਿਲਕੁਲ ਗਾੜੀ ਨਹੀਂ ਹੋ ਜਾਂਦੀ। ਉਦੋਂ ਤੱਕ ਅਸੀਂ ਇਹਨੂੰ ਦੇਖ ਸਕਦੇ ਹੋ ਜੇ ਸਾਡੀ ਸੂਜੀ ਜਿਹੜੀ ਥੋੜੀ ਪਤਲੀ ਹੈ, ਥੋੜੀ ਹੋਰ ਗਾੜੀ ਹੋਣ ਦੇਵਾਂਗੇ।
ਜਦੋਂ ਸੂਜੀ ਦੇ ਵਿੱਚ ਇਸ ਤਰ੍ਹਾਂ ਬੁਲਬੁਲੇ ਚ ਬੁਲਬੁਲੇ ਆਉਣ ਲੱਗ ਜਾਣ, ਇਹਦਾ ਮਤਲਬ ਇਹ ਹੁੰਦਾ ਕਿ ਸਾਡੀ ਚੀਨੀ ਜਿਹੜੀ ਹੈ ਬਿਲਕੁਲ ਪੱਕ ਗਈ ਹੈ। ਅਤੇ ਤੁਸੀਂ ਦੇਖ ਸਕਦੇ ਹੋ ਸੂਜੀ ਜਿਹੜੀ ਸਾਡੀ ਗਾੜੀ ਹੋ ਗਈ, ਇਹਨੂੰ ਇਸੇ ਟਾਈਮ 'ਤੇ ਅਸੀਂ ਬੰਦ ਕਰ ਦੇਵਾਂਗੇ, ਕਿਉਂਕਿ ਠੰਡਾ ਹੋਣ ਤੋਂ ਬਾਅਦ ਪ੍ਰਸ਼ਾਦ ਜਿਹੜਾ ਹੈ ਹੋਰ ਗਾੜਾ, ਸੂਜੀ ਜਿਹੜੀ ਹੈ ਹੋਰ ਗਾੜੀ ਸ਼ੁਰੂ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸੇ ਟਾਈਮ 'ਤੇ ਅਸੀਂ ਇਹਨੂੰ ਬੰਦ ਕਰ ਦੇਵਾਂਗੇ ਅਤੇ ਉੱਪਰ ਠੰਡੇ। ਜਿਹੜਾ ਸਾਡਾ ਬਣ ਕੇ ਤਿਆਰ ਆ, ਹੁਣ ਇਹਨੂੰ ਅਸੀਂ ਸਰਵ ਕਰ ਸਕਦੇ। ਤੁਸੀਂ ਦੇਖ ਸਕਦੇ ਹੋ ਸੂਜੀ ਜਿਹੜੀ ਸਾਡੀ ਪਹਿਲਾਂ ਨਾਲ ਕਾਫੀ ਗਾੜੀ ਹੋ ਗਈ ਆ, ਹੁਣ ਅਸੀਂ ਇਹਨੂੰ ਸਰਵ ਕਰਨ ਦੇ ਪ੍ਰੋਸੈਸ ਵਿੱਚ। ਵੀਡੀਓ ਪਸੰਦ ਆਈ ਤਾਂ ਲਾਈਕ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।